ਮਾਨਯੋਗ ਸੀਪੀ ਸਾਹਿਬ ਦੀ ਹਦਾਇਤਾਂ 'ਤੇ ਸਾਡੇ ਮਾਨਯੋਗ ADCP ਟ੍ਰੈਫਿਕ ਮੈਡਮ, ਸਾਡੇ ACP ਸਾਹਿਬ, ਸਾਡੇ ਇੰਸਪੈਕਟਰ ਐਡਮਿਨ ਸਾਹਿਬ ਦੀਆਂ ਹਦਾਇਤਾਂ 'ਤੇ ਅੰਡਰ ਏਜ ਬੱਚਿਆਂ ਦੇ ਚਲਾਨ ਕੀਤੇ। ਰੰਗਲਾ ਪੰਜਾਬ 'ਚ ਬਣਾਉਣਾ, ਉਹਦੇ ਵਾਸਤੇ ਸਿਹਤਮੰਦ ਪੰਜਾਬ ਪਹਿਲਾਂ ਚਾਹੀਦਾ। 96-97% ਲੋਕ ਜਿਹੜੇ ਨੇ ਉਹ ਮੁਹੱਲਾ ਕਲੀਨਿਕਾਂ 'ਚੋਂ ਠੀਕ ਹੋ ਕੇ ਘਰੇ ਵਾਪਸ ਚਲੇ ਜਾਂਦੇ ਨੇ। ਸਰਕਾਰੀ ਹਸਪਤਾਲਾਂ 'ਤੇ ਬਰਡਨ ਬਹੁਤ ਘੱਟ ਗਿਆ। ਮੁਹੱਲਾ ਕਲੀਨਿਕ ਜਿਹੜਾ ਬਣਿਆ ਹੋਇਆ, ਉਹਦੀ ਬਿਲਡਿੰਗ ਬਹੁਤ ਅੱਛੀ ਬਣੀ ਹੋਈ ਆ, ਉੱਥੇ ਸਭ ਤਰ੍ਹਾਂ ਦੀਆਂ ਫੈਸਿਲਿਟੀਜ਼ ਦਿੱਤੀਆਂ ਹੋਈਆਂ ਸਰਕਾਰ ਵੱਲੋਂ। 2 ਹਫ਼ਤੇ ਤੋਂ ਖੰਘ ਨੇ ਬਹੁਤ ਪਰੇਸ਼ਾਨ ਕਰਿਆ ਅਤੇ ਜੀ ਮੈਂ ਪਹਿਲਾਂ ਬਾਹਰ ਪ੍ਰਾਈਵੇਟ ਦਵਾਈ ਲੈਂਦਾ ਰਿਹਾ, ਫਿਰ ਇੱਥੇ ਆ ਕੇ ਲਿੱਤੀ ਜੀ, ਟੈਸਟ ਫ੍ਰੀ ਹੋਇਆ, ਇੱਥੋਂ ਮੈਂ ਠੀਕ ਹੋ ਗਿਆ, ਹੁਣ ਮੈਂ ਠੀਕ ਹਾਂ ਬਿਲਕੁਲ। ਸ਼ਾਨਦਾਰ ਮੁਹੱਲਾ ਕਲੀਨਿਕ ਹੈ, ਸਫਾਈ ਹੈ, ਔਰ ਡਾਕਟਰ ਉਹਨਾਂ ਦੀ ਜਿਹੜੀ ਦਵਾਈ ਲਿਖਣੀ ਹੈ ਉਹ ਕੰਪਿਊਟਰ 'ਚ ਐਡ ਕਰ ਦਿੰਦੇ ਨੇ, ਜਿੱਥੇ ਦਵਾਈ ਲੈਣੀ ਹੈ ਉੱਥੇ ਤੱਕ ਕੰਪਿਊਟਰ 'ਚ ਪਹੁੰਚ ਜਾਂਦੀ ਹੈ, ਟੋਟਲ ਪੇਪਰਲੈਸ ਹੈ। ਮਾਨ ਸਾਹਿਬ ਨੇ ਬਹੁਤ ਵਧੀਆ ਉਪਰਾਲਾ ਕੀਤਾ, ਵਧੀਆ ਕੰਮ ਕਰਿਆ ਸਰਕਾਰ ਨੇ, ਗਰੀਬਾਂ ਦਾ ਭਲਾ ਕਰਤਾ। ਪੰਜਾਬੀ 'ਚ ਕਿਹਾ ਜਾਂਦਾ ਬਾਕੀ ਦੇ ਕੰਮ ਬਾਅਦ 'ਚ, ਪਹਿਲਾਂ ਸਿਹਤ ਜ਼ਰੂਰੀ ਹੈ। ਸੋ ਅਸੀਂ ਜਦੋਂ ਸਹੁੰ ਚੁੱਕੀ ਤਾਂ ਪਹਿਲੇ ਹੀ ਸਾਡਾ ਵਿਜ਼ਨ ਇਹ ਸੀਗਾ ਕਿ ਪੰਜਾਬ ਦੇ ਵਿੱਚ ਹੈਲਥ ਟੌਪ ਕਲਾਸ ਦਾ ਇਲਾਜ ਹੋਵੇ। ਸੋ ਇੱਕ ਮੈਡੀਕਲ ਹੱਬ ਦੇ ਰੂਪ ਦੇ ਵਿੱਚ ਅਸੀਂ ਸੋਚਿਆ, ਔਰ ਮੈਂ ਕੋਈ ਆਸਾਨ ਨਹੀਂ ਕਰ ਰਿਹਾ ਤੁਹਾਡੇ 'ਤੇ, ਮੇਰਾ ਫਰਜ਼ ਹੈ ਜੀ। ਜਿਹੜੇ ਅੰਡਰ ਏਜ ਬੱਚੇ ਬਾਈਕ ਚਲਾਉਂਦੇ ਆ ਉਹਨਾਂ ਦੇ ਚਲਾਨ ਕੀਤੇ ਜਾ ਰਹੇ। ਸਰ ਵਹੀਕਲ ਨੂੰ ਮਿਲਿਆ, ਕਿਉਂਕਿ ਬੱਸਾਂ ਵੀ ਰੋਕ ਰਹੇ, ਸਕੂਲ ਦੇ ਬੱਸਾਂ ਵੀ ਰੋਕ ਰਹੇ, ਆਟੋ ਵੀ ਰੋਕ ਰਹੇ, ਉਹਨਾਂ ਵੀ ਚਲਾਨ ਕੀਤੇ। ਉਹਨਾਂ ਸਕੂਲੀ ਬੱਸਾਂ ਦੀ ਵੀ ਚੈਕਿੰਗ ਕਰ ਰਹੇ ਹਾਂ, ਜਿਹਦੇ ਕਾਗਜ਼ ਨਹੀਂ ਪੂਰੇ ਜਾਂ ਜਿਹਨੇ ਇੰਸਟਰੂਮੈਂਟ ਅੰਦਰ ਬੱਸ ਦੇ ਲੱਗੇ ਪੂਰੇ ਨਹੀਂ ਕੀਤੇ, ਕੈਮਰਾ, ਆਪਣਾ ਫਾਇਰ ਬ੍ਰਿਗੇਡ ਯੂਨੀਫੋਰਮ, ਮੇਡ ਅਟੈਂਡੈਂਟ ਜਿਹਦਾ ਨਹੀਂ ਪੂਰਾ, ਉਹਦੇ ਚਲਾਨ ਕੀਤੇ ਜਾ। ਸਰ ਸਵੇਰ ਦੇ ਕਿੰਨੇ ਕੁ ਚਲਾਨ ਕੱਟੇ ਜਾ ਚੁੱਕੇ? ਸਵੇਰ ਦੇ 4-5 ਚਲਾਨ ਕੱਟੇ। ਅਤੇ ਸਰ ਇਹ ਕਾਰਵਾਈ ਇੱਦਾਂ ਚੱਲਦੀ ਰਹੇਗੀ ਕਿ ਥੋੜ੍ਹੀ ਦੇਰ ਵਾਸਤੇ ਜੀ ਬਸ? ਨਹੀਂ, ਇੱਦਾਂ ਹੀ ਜਿੱਦਾਂ ਜਿੱਦਾਂ ਸਮੇਂ ਸੀਨੀਅਰ ਅਫਸਰਾਂ ਦੀਆਂ ਹਦਾਇਤਾਂ ਆਉਣਗੀਆਂ ਉੱਦਾਂ ਚੱਲਦੀ। ਜੇ ਸਾਨੂੰ ਕੋਈ ਪਬਲਿਕ ਵੀ ਦੱਸਦੀ ਹੈ ਤਾਂ ਅਸੀਂ ਉੱਥੇ ਵੀ ਜਾਂਦੇ ਹਾਂ, ਉੱਥੇ ਜਾ ਕੇ ਵੀ ਬਣਦੀ ਕਾਨੂੰਨੀ ਕਾਰਵਾਈ ਕਰ। ਸਰ ਕੀ ਨਾਮ ਆਪਣਾ ਜੀ? ਮੇਰਾ ਸਬ ਇੰਸਪੈਕਟਰ ਕੁਲਦੀਪ ਸਿੰਘ, ERS ਟ੍ਰੈਫਿਕ ਜਲੰਧਰ। ਇਹ ਮਾਨਯੋਗ CP ਸਾਹਿਬ ਦੀ ਹਦਾਇਤਾਂ 'ਤੇ ਸਾਡੇ ਮਾਨਯੋਗ ADCP ਟ੍ਰੈਫਿਕ ਮੈਡਮ, ਸਾਡੇ ACP ਸਾਹਿਬ, ਸਾਡੇ ਇੰਸਪੈਕਟਰ ਐਡਮਿਨ ਸਾਹਿਬ ਦੀਆਂ ਹਦਾਇਤਾਂ 'ਤੇ ਅੰਡਰ ਏਜ ਬੱਚਿਆਂ ਦੇ ਚਲਾਨ ਕੀਤੇ ਜਾ ਰਹੇ। ਜਿਹੜੇ ਅੰਡਰ ਏਜ ਬੱਚੇ ਬਾਈਕ ਚਲਾਉਂਦੇ ਆ ਉਹਨਾਂ ਦੇ ਚਲਾਨ ਕੀਤੇ ਜਾ ਰਹੇ। ਸਰ ਵਹੀਕਲ ਨੂੰ ਮਿਲਿਆ, ਕਿਉਂਕਿ ਬੱਸਾਂ ਵੀ ਰੋਕ ਰਹੇ, ਸਕੂਲ ਦੇ ਬੱਸਾਂ ਵੀ ਰੋਕ ਰਹੇ, ਆਟੋ ਵੀ ਰੋਕ ਰਹੇ, ਉਹਨਾਂ ਵੀ ਚਲਾਨ ਕੀਤੇ? ਉਹਨਾਂ ਸਕੂਲੀ ਬੱਸਾਂ ਦੀ ਵੀ ਚੈਕਿੰਗ ਕਰ ਰਹੇ ਹਾਂ, ਜਿਹਦੇ ਕਾਗਜ਼ ਨਹੀਂ ਪੂਰੇ ਜਾਂ ਜਿਹਨੇ ਇੰਸਟਰੂਮੈਂਟ ਅੰਦਰ ਬੱਸ ਦੇ ਲੱਗੇ ਪੂਰੇ ਨਹੀਂ ਕੀਤੇ, ਕੈਮਰਾ, ਆਪਣਾ ਫਾਇਰ ਬ੍ਰਿਗੇਡ ਯੂਨੀਫੋਰਮ, ਮੇਡ ਅਟੈਂਡੈਂਟ ਜਿਹਦਾ ਨਹੀਂ ਪੂਰਾ, ਉਹਦੇ ਚਲਾਨ ਕੀਤੇ ਜਾ। ਸਰ ਸਵੇਰ ਦੇ ਕਿੰਨੇ ਕੁ ਚਲਾਨ ਕੱਟੇ ਜਾ ਚੁੱਕੇ? ਸਵੇਰ ਦੇ 4-5 ਚਲਾਨ ਕੱਟੇ। ਅਤੇ ਸਰ ਇਹ ਕਾਰਵਾਈ ਇੱਦਾਂ ਚੱਲਦੀ ਰਹੇਗੀ ਕਿ ਥੋੜ੍ਹੀ ਦੇਰ ਵਾਸਤੇ ਜੀ ਬਸ? ਨਹੀਂ, ਇੱਦਾਂ ਹੀ ਜਿੱਦਾਂ ਜਿੱਦਾਂ ਸਮੇਂ ਸੀਨੀਅਰ ਅਫਸਰਾਂ ਦੀਆਂ ਹਦਾਇਤਾਂ ਆਉਣਗੀਆਂ ਉੱਦਾਂ ਚੱਲਦੀ। ਜੇ ਸਾਨੂੰ ਕੋਈ ਪਬਲਿਕ ਵੀ ਦੱਸਦੀ ਹੈ ਤਾਂ ਅਸੀਂ ਉੱਥੇ ਵੀ ਜਾਂਦੇ ਹਾਂ, ਉੱਥੇ ਜਾ ਕੇ ਵੀ ਬਣਦੀ ਕਾਨੂੰਨੀ ਕਾਰਵਾਈ ਕਰ। ਸਰ ਕੀ ਨਾਮ ਆਪਣਾ ਜੀ? ਮੇਰਾ ਸਬ ਇੰਸਪੈਕਟਰ ਕੁਲਦੀਪ ਸਿੰਘ, ERS ਟ੍ਰੈਫਿਕ ਜਲੰਧਰ। ਇਹ ਮਾਨਯੋਗ CP ਸਾਹਿਬ ਦੀ ਹਦਾਇਤਾਂ 'ਤੇ ਸਾਡੇ ਮਾਨਯੋਗ ADCP ਟ੍ਰੈਫਿਕ ਮੈਡਮ, ਸਾਡੇ ACP ਸਾਹਿਬ, ਸਾਡੇ ਇੰਸਪੈਕਟਰ ਐਡਮਿਨ ਸਾਹਿਬ ਦੀਆਂ ਹਦਾਇਤਾਂ 'ਤੇ ਅੰਡਰ ਏਜ ਬੱਚਿਆਂ ਦੇ ਚਲਾਨ ਕੀਤੇ ਜਾ ਰਹੇ। ਜਿਹੜੇ ਅੰਡਰ ਏਜ ਬੱਚੇ ਬਾਈਕ ਚਲਾਉਂਦੇ ਆ ਉਹਨਾਂ ਦੇ ਚਲਾਨ ਕੀਤੇ ਜਾ ਰਹੇ। ਸਰ ਵਹੀਕਲ ਨੂੰ ਮਿਲਿਆ, ਕਿਉਂਕਿ ਬੱਸਾਂ ਵੀ ਰੋਕ ਰਹੇ, ਸਕੂਲ ਦੇ ਬੱਸਾਂ ਵੀ ਰੋਕ ਰਹੇ, ਆਟੋ ਵੀ ਰੋਕ ਰਹੇ, ਉਹਨਾਂ ਵੀ ਚਲਾਨ ਕੀਤੇ? ਉਹਨਾਂ ਸਕੂਲੀ ਬੱਸਾਂ ਦੀ ਵੀ ਚੈਕਿੰਗ ਕਰ ਰਹੇ ਹਾਂ, ਜਿਹਦੇ ਕਾਗਜ਼ ਨਹੀਂ ਪੂਰੇ ਜਾਂ ਜਿਹਨੇ ਇੰਸਟਰੂਮੈਂਟ ਅੰਦਰ ਬੱਸ ਦੇ ਲੱਗੇ ਪੂਰੇ ਨਹੀਂ ਕੀਤੇ, ਕੈਮਰਾ, ਆਪਣਾ ਫਾਇਰ ਬ੍ਰਿਗੇਡ ਯੂਨੀਫੋਰਮ,
ਮੇਡ ਅਟੈਂਡੈਂਟ ਜਿਹਦਾ ਨਹੀਂ ਪੂਰਾ ਉਹਦੇ ਚਲਾਨ ਕੀਤੇ ਜਾ। ਸਰ ਸਵੇਰ ਦੇ ਕਿੰਨੇ ਕੁ ਚਲਾਨ ਕੱਟੇ ਜਾ ਚੁੱਕੇ? ਸਵੇਰ ਦੇ 4-5 ਚਲਾਨ ਕੱਟ ਚੁੱਕੇ। ਸਰ ਇਹ ਕਾਰਵਾਈ ਇੱਦਾਂ ਚੱਲਦੀ ਰਹੇਗੀ ਕਿ ਥੋੜ੍ਹੀ ਦੇਰ ਵਾਸਤੇ ਹੀ ਬਸ? ਨਹੀਂ ਇੱਦਾਂ ਹੀ ਜਿੱਦਾਂ ਜਿੱਦਾਂ ਸਮੇਂ ਸੀਨੀਅਰ ਅਫਸਰਾਂ ਦੀਆਂ ਹਦਾਇਤਾਂ ਆਉਣਗੀਆਂ ਉਦੋਂ ਚੱਲ ਚੁੱਕੇ। ਜੇ ਸਾਨੂੰ ਕੋਈ ਪਬਲਿਕ ਵੀ ਦੱਸਦੀ ਹੈ ਤਾਂ ਅਸੀਂ ਉੱਥੇ ਵੀ ਜਾਂਦੇ ਹਾਂ, ਉੱਥੇ ਜਾ ਕੇ ਵੀ ਬਣਦੀ ਕਾਨੂੰਨੀ ਕਾਰਵਾਈ ਕਰ। ਸਰ ਕੀ ਨਾਮ ਆਪਣਾ ਜੀ? ਮੇਰਾ ਸਬ ਇੰਸਪੈਕਟਰ ਕੁਲਦੀਪ ਸਿੰਘ, ERS ਟ੍ਰੈਫਿਕ ਜਲੰਧਰ। ਦੇਸ਼ ਦੁਨੀਆ ਕੀ ਹਰ ਖਬਰ ਸਬਸੇ ਪਹਿਲੇ ਦੇਖਨੇ ਕੇ ਲੀਏ ਫਾਲੋ ਕਰੇ ਦੈਨਿਕ ਸਵੇਰਾ ਟੀਵੀ ਯੂਟਿਊਬ ਫੇਸਬੁੱਕ ਇੰਸਟਾਗ੍ਰਾਮ ਐਕਸ ਔਰ ਵਟਸਐਪ ਚੈਨਲ ਪਰ।